ਸਤਿ ਸ੍ਰੀ ਅਕਾਲ ਜੀ। ਪ੍ਰਾਈਮ ਹਿਸਟਰੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ, ਪਿਛਲੇ ਪ੍ਰੋਗਰਾਮ ਦੇ ਵਿੱਚ ਗੱਲ ਆਪਾਂ ਇੱਥੇ ਛੱਡੀ ਸੀ ਜਦੋਂ ਡਾਕਟਰ ਸੰਧੂ ਸਾਨੂੰ ਦੱਸ ਰਹੇ ਸੀ ਕਿ ਅਮਰੀਕਾ ਦੀ ਧਰਤੀ ਉੱਪਰ ਗਦਰ ਪਾਰਟੀ ਦੀ ਸਥਾਪਨਾ ਹੋਈ, ਯੁਗੰਤਰ ਆਸ਼ਰਮ ਸਥਾਪਿਤ ਕੀਤਾ ਗਿਆ ਅਤੇ ਗਦਰ ਅਖਬਾਰ ਨਿਕਲਣੀ ਸ਼ੁਰੂ ਹੋਈ। ਆਓ ਜੀ ਅਗਲੀ ਗੱਲਬਾਤ ਦੀ ਲੜੀ ਡਾਕਟਰ ਸੰਧੂ ਹੁਣਾਂ ਦੇ ਨਾਲ ਜੋੜਦੇ ਹਾਂ। ਡਾਕਟਰ ਸਾਹਿਬ, ਪ੍ਰਾਈਮ ਏਸ਼ੀਆ ਦੇ ਸਟੂਡੀਓ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮਿਹਰਬਾਨੀ, ਸ਼ੁਕਰੀਆ। ਪਿਛਲੇ ਪ੍ਰੋਗਰਾਮ ਦੇ ਵਿੱਚ ਬਹੁਤ ਖੂਬਸੂਰਤੀ ਨਾਲ ਤੁਸੀਂ ਦੱਸਿਆ ਕਿ ਗਦਰ ਅਖਬਾਰ ਪਹਿਲਾਂ ਉਰਦੂ ਦੇ ਵਿੱਚ ਨਿਕਲਣਾ ਸ਼ੁਰੂ ਹੋਇਆ ਅਤੇ ਫਿਰ ਠੀਕ ਇੱਕ ਮਹੀਨੇ ਬਾਅਦ ਉਹਦਾ ਇੱਕ ਪਰਚਾ ਪੰਜਾਬੀ ਦੇ ਵਿੱਚ ਨਿਕਲਣਾ ਸ਼ੁਰੂ ਹੋਇਆ 1913 ਨੂੰ। ਔਰ ਗਦਰ ਪਾਰਟੀ ਦੀ ਅਖਬਾਰ ਕਿੱਥੋਂ ਕਿੱਥੋਂ ਤੱਕ ਗਈ ਔਰ ਇਹਦੀ ਸਰਕੂਲੇਸ਼ਨ ਕਿੰਨੀ ਕੁ ਸੀ ਔਰ ਕਿੱਥੋਂ ਕਿੱਥੋਂ ਤੱਕ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਪਹੁੰਚਾਇਆ ਜਾਣ ਲੱਗਾ, ਮੈਂ ਇਹਦੇ ਬਾਰੇ ਵੀ ਗੱਲ ਕਰਨੀ ਚਾਹੁੰਦਾ। ਪਰ ਮੈਂ ਇੱਕ ਵਾਰੀ ਫਿਰ ਵਾਪਸ ਥੋੜ੍ਹਾ ਯੁਗੰਤਰ ਆਸ਼ਰਮ 'ਤੇ ਜਾਣਾ ਚਾਹੁੰਦਾ ਕਿ ਜਦੋਂ ਯੁਗੰਤਰ ਆਸ਼ਰਮ ਸੈਨ ਫਰਾਂਸਿਸਕੋ ਦੇ ਵਿੱਚ ਮੇਨ ਹੈੱਡਕੁਆਰਟਰ ਸੀ ਗਦਰ ਪਾਰਟੀ ਦਾ, ਉੱਥੋਂ ਅਖਬਾਰ ਵੀ ਉੱਥੋਂ ਨਿਕਲਣੀ ਸ਼ੁਰੂ ਹੋਈ ਸੀ? ਹਾਂਜੀ, ਉੱਥੋਂ ਅਖਬਾਰ ਨਿਕਲਣੀ ਸ਼ੁਰੂ ਹੋਈ ਅਤੇ ਉੱਥੋਂ ਹੋਰ ਕਿਹੜੀ ਕਿਹੜੀਆਂ ਗਤੀਵਿਧੀਆਂ ਜਿਹੜੀਆਂ ਸੀ ਗਦਰ ਪਾਰਟੀ ਵਾਲੇ ਉੱਥੋਂ ਕੰਟਰੋਲ ਕਰਦੇ ਸੀ? ਦੇਖੋ, ਗਤੀਵਿਧੀਆਂ ਤਾਂ ਕਿਉਂਕਿ ਹੈੱਡਕੁਆਰਟਰ ਜਿਵੇਂ ਬਣ ਗਿਆ ਜੀ ਯੁਗੰਤਰ ਆਸ਼ਰਮ, ਤਾਂ ਇੱਕ ਤਾਂ ਮੁੱਖ ਗਤੀਵਿਧੀ ਤਾਂ ਉਹਨਾਂ ਦੀ ਇਹੋ ਸੀ ਵੀ ਇੱਥੋਂ ਅਖਬਾਰ ਕੱਢਣਾ ਹੈ ਜੀ, ਅਤੇ ਅਖਬਾਰ ਕੱਢ ਕੇ ਪ੍ਰਕਾਸ਼ਿਤ ਕਰਕੇ ਅਤੇ ਦੁਨੀਆ ਦੇ ਵੱਖ ਵੱਖ ਖਿੱਤਿਆਂ ਵਿੱਚ, ਵੱਖ ਵੱਖ ਦੇਸ਼ਾਂ ਵਿੱਚ, ਹਿੰਦੁਸਤਾਨ ਸਮੇਤ ਜਿੱਥੇ ਵੀ ਪੰਜਾਬੀ ਜਾਂ ਭਾਰਤੀ ਵੱਸਦੇ ਨੇ ਉਹਨਾਂ ਤੱਕ ਆਜ਼ਾਦੀ ਦਾ ਪੈਗਾਮ ਪਹੁੰਚਾਉਣ ਵਾਸਤੇ ਉਸ ਪਰਚੇ ਨੂੰ ਉੱਥੇ ਭੇਜਣ ਦੀ ਕੋਸ਼ਿਸ਼ ਕਰਨੀ ਹੈ। ਇਹ ਤਾਂ ਮੁੱਖ ਉਹਨਾਂ ਦਾ ਕੰਮ ਸੀਗਾ। ਇਸ ਤੋਂ ਇਲਾਵਾ ਜਿਹੜੀ ਜਿੱਦਾਂ 35 ਮਿਥੀ ਦੇ ਸਟਰੈਟਜੀ ਮਿਥੀ ਦੀ ਆ ਹਰ ਕੰਮ ਦੀ, ਵੀ ਕਿਵੇਂ ਕਿਵੇਂ ਕਿਹੜਾ ਕਿਹੜਾ ਕੰਮ, ਰੋਜ਼ਮਰਾ ਦੇ ਕੰਮ ਵੀ ਜਿਹੜੇ ਨੇ ਉਹ ਵੀ ਕਿਵੇਂ ਕਰਨੇ ਆ, ਔਰ ਜਿਹੜਾ ਉਹਨਾਂ ਨੇ ਗਦਰ ਕਰਨਾ ਆ ਉਹਦੀ ਸਾਰੀ ਪਲੈਨਿੰਗ ਜਿਹੜੀ ਆ ਉਹਦੀ ਰੂਪਰੇਖਾ ਵੀ ਜਿਹੜੀ ਕਿਵੇਂ ਉਲੀਕੀ ਜਾਣੀ ਹੈ, ਇਹ ਸਾਰੇ ਮਸ਼ਵਰੇ ਜਿਹੜੇ ਸਨ ਹੁਣ ਉਹ ਹੈੱਡਕੁਆਰਟਰ ਦੇ ਉੱਤੇ ਹੋਣ ਲੱਗ ਪਏ ਜੀ। ਇੱਥੇ ਵੱਖ ਵੱਖ ਥਾਵਾਂ ਤੋਂ ਜਿਹੜੇ ਸੀ, ਵਾਸ਼ਿੰਗਟਨ ਵਾਲੇ ਪਾਸਿਓਂ ਵੀ, ਓਰੇਗਨ ਵਾਲੇ ਪਾਸਿਓਂ ਵੀ, ਔਰ ਕੈਲੀਫੋਰਨੀਆ ਦੇ ਵੀ ਇਨਕਲਾਬੀ ਜਿਹੜੇ ਸੀ ਉਹ ਆਉਂਦੇ ਸੀਗੇ, ਮੀਟਿੰਗਸ ਹੁੰਦੀਆਂ ਸੀਗੀਆਂ, ਬਹਿਸਾਂ ਹੁੰਦੀਆਂ ਸੀ, ਵਿਚਾਰ ਚਰਚੇ ਹੁੰਦੇ ਸੀਗੇ, ਔਰ ਫਿਰ ਕਿਸੇ ਅੰਤਮ ਨਿਰਣੇ 'ਤੇ ਪਹੁੰਚ ਕੇ ਜਿਹੜੀ ਵੀ ਉਹਨਾਂ ਨੇ ਕਾਰਵਾਈ ਕਰਨੀ ਹੁੰਦੀ ਸੀ ਉਹ ਕਰਦੇ ਸੀਗੇ ਜੀ। ਜਿਹੜਾ ਇਹ ਯੁਗੰਤਰ ਆਸ਼ਰਮ ਹੈ, ਜਿਹਦੀ ਆਪਾਂ ਥੋੜ੍ਹੀ ਜਿਹੀ ਫੰਕਸ਼ਨਿੰਗ ਦੀ ਗੱਲ ਜਿਵੇਂ ਤੁਸੀਂ ਕਿਹਾ ਕਿ ਕਰ ਲਈ ਜਾਵੇ, ਤਾਂ ਉਹ ਇਸ ਤਰੀਕੇ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਪਹਿਲਾਂ ਤਾਂ ਸ਼ੁਰੂ ਵਿੱਚ ਜਿਵੇਂ ਆਪਾਂ ਜ਼ਿਕਰ ਕੀਤਾ ਸੀ, ਸਿਰਫ 3 ਬੰਦੇ ਇੱਥੇ ਕੰਮ ਕਰਨ ਲੱਗੇ ਸਨ ਜੀ। ਪਹਿਲਾਂ ਸੀ ਲਾਲਾ ਹਰਦਿਆਲ, ਅਤੇ ਜਿਹੜਾ ਆਪਣੇ ਓਰੇਗਨ ਤੋਂ ਅਤੇ ਵਾਸ਼ਿੰਗਟਨ ਵਾਲੇ ਸਾਥੀਆਂ ਨੇ ਜਿਹੜਾ ਸੀਗਾ ਉਹ ਭੇਜਿਆ ਸੀਗਾ, ਰਘਵੀਰ ਦਿਆਲ ਯੂਪੀ ਦਾ ਇੱਕ ਨੌਜਵਾਨ ਸੀ, ਮਦਦ ਕਰਨ ਦੇ ਵਾਸਤੇ ਲਾਲਾ ਹਰਦਿਆਲ ਦੀ ਅਖਬਾਰ ਕੱਢਣ ਵਿੱਚ ਜੀ। ਅਤੇ ਕਰਤਾਰ ਸਿੰਘ ਸਰਾਭੇ ਨੇ ਜਿਵੇਂ ਪਹਿਲਾਂ ਵੀ ਉਹ ਕਹਿੰਦਾ ਰਹਿੰਦਾ ਸੀ ਲਾਲਾ ਜੀ ਨੂੰ ਕਿ ਤੁਸੀਂ ਅਖਬਾਰ ਕੱਢੋ, ਤੁਸੀਂ ਵਾਅਦਾ ਕੀਤਾ, ਅਤੇ ਜਿਸ ਦਿਨ ਤੁਸੀਂ ਅਖਬਾਰ ਕੱਢੋ ਕਿ ਮੈਂ ਯੂਨੀਵਰਸਿਟੀ 'ਚੋਂ ਆਪਣਾ ਬੋਰੀਆ ਬਿਸਤਰਾ ਸਾਰਾ ਚੁੱਕ ਕੇ ਅਤੇ ਤੁਹਾਡੇ ਕੋਲ ਕੰਮ ਕਰਨ ਵਾਸਤੇ ਬਕਾਇਦਾ 24 ਘੰਟੇ ਦਾ ਜਿਹੜਾ ਉਹ ਸੇਵਾਦਾਰ ਬਣ ਕੇ ਹਾਜ਼ਰ ਹੋ ਜਾਵਾਂਗਾ ਜੀ। ਤਾਂ ਉਹਨੇ ਇਸ ਤਰ੍ਹਾਂ ਹੀ ਕੀਤਾ, ਉਹ ਆਪਣਾ ਜਿਹੜਾ $200 ਉਹਦੇ ਕੋਲ ਪੜ੍ਹਾਈ ਵਾਸਤੇ ਵੀ ਪਿਆ ਹੋਇਆ ਸੀਗਾ ਉਹ ਵੀ ਉਹਨੇ ਪਾਰਟੀ ਫੰਡ ਦੇ ਵਿੱਚ ਦੇ ਦਿੱਤਾ। ਤਾਂ ਇਹ 3 ਬੰਦੇ ਜਿਹੜੇ ਨੇ ਪਹਿਲਾਂ ਉੱਥੇ ਕੰਮ ਕਰਦੇ ਨੇ, ਜਿਵੇਂ ਆਪਾਂ ਦੱਸਿਆ ਕਿ ਪਹਿਲਾਂ 436 ਹਿੱਲ ਸਟਰੀਟ ਦੇ ਉੱਤੇ ਕਿਰਾਏ 'ਤੇ ਲੈ ਕੇ ਸ਼ੁਰੂ ਕੀਤਾ ਸੀ ਕੰਮ, ਫਿਰ ਪਰਚਾ ਜਿਹੜਾ ਸੀਗਾ ਉਹ ਆ ਕੇ 5 Wood ਸਟਰੀਟ ਦੇ ਉੱਤੇ ਪਹਿਲਾਂ 1 ਨਵੰਬਰ ਵਾਲਾ ਨਿਕਲਦਾ, 8-9 ਨਵੰਬਰ ਨੂੰ ਜਿਹੜਾ ਉਹ ਗੁਰਮੁਖੀ ਦਾ ਪਰਚਾ ਜਿਹਨੂੰ ਪੰਜਾਬੀ ਦਾ ਪਰਚਾ ਅਸੀਂ ਕਹਿੰਦੇ ਹਾਂ ਉਹ ਨਿਕਲਦਾ ਹੈ। ਇਸ ਪਰਚੇ ਨੂੰ ਕੱਢਣ ਦੇ ਵਾਸਤੇ ਜਿਹੜਾ ਸੀਗਾ ਲਾਲਾ ਹਰਦਿਆਲ ਆਰਟੀਕਲ ਲਿਖਦਾ ਸੀਗਾ ਪਹਿਲੇ ਪਰਚਿਆਂ ਦੇ ਵਿੱਚ ਜਿਹੜੇ ਲਿਖੇ ਨੇ, ਅਤੇ ਉਹਨਾਂ ਨੂੰ ਪੰਜਾਬੀ ਵਿੱਚ ਉਲਥਾ ਜਿਹੜਾ ਸੀ ਉਹ ਕਰਦਾ ਸੀ ਕਰਤਾਰ ਸਿੰਘ ਸਰਾਭਾ, ਅਤੇ ਉਰਦੂ ਦੇ ਵਿੱਚ ਵੀ ਕਿਤਾਬਤ ਉਹ ਹੀ ਕਰਦਾ ਸੀ ਜਿਹੜੀ ਪਰਚੇ ਦੀ ਸੀਗੀ। ਇਸ ਤੋਂ ਇਲਾਵਾ ਆਪ ਵੀ ਲਿਖਦਾ ਸੀਗਾ, ਮੈਟਰ ਸਾਰਾ ਲਾਲਾ ਹਰਦਿਆਲ ਹੁਣਾਂ ਦਾ ਹੁੰਦਾ ਸੀ ਸ਼ੁਰੂ ਦੇ ਵਿੱਚ, ਮੈਟਰ ਲਾਲਾ ਹਰਦਿਆਲ ਦਾ, ਕਰਤਾਰ ਸਿੰਘ ਸਰਾਭੇ ਹੋਰਾਂ ਨੇ ਵੀ ਕੁਝ ਲਿਖਿਆ, ਫਿਰ ਛੇਤੀ ਹੀ ਹਰਨਾਮ ਸਿੰਘ ਟੁੰਡੀ ਲਾਟ ਜਿਹੜੇ ਸਨ ਕੋਟਲਾ ਨੌਧ ਸਿੰਘ ਵਾਲੇ ਉਹ ਵੀ ਇੱਥੇ ਆ ਗਏ, ਇਸ ਕਰਕੇ ਆ ਗਏ ਕਿਉਂਕਿ ਇਹ ਮਹਿਸੂਸ ਕੀਤਾ ਜਾਣ ਲੱਗ ਪਿਆ ਕਿ ਲਾਲਾ ਹਰਦਿਆਲ ਦੀ ਜਾਨ ਨੂੰ ਖਤਰਾ, ਅਤੇ ਉਹਨਾਂ ਨੂੰ ਜਿਵੇਂ ਬਾਡੀਗਾਰਡ ਦੇ ਤੌਰ 'ਤੇ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਦਸੰਬਰ ਦੇ ਵਿੱਚ ਹੀ ਜਿਹੜੇ ਸੀ ਕਿ ਨਹੀਂ ਉਹ ਬਾਬਾ ਹਰਨਾਮ ਸਿੰਘ ਵੀ ਇੱਥੇ ਆ ਜਾਂਦੇ ਨੇ। ਤਾਂ ਇਸ ਤਰੀਕੇ ਦੇ ਨਾਲ ਹੁਣ 4 ਬੰਦੇ ਹੋ ਗਏ ਨੇ, ਅਤੇ ਹੌਲੀ ਹੌਲੀ ਜਿਉਂ ਜਿਉਂ ਅਖਬਾਰ ਜਿਹੜਾ ਸੀਗਾ ਉਹ ਵਧਣਾ ਸ਼ੁਰੂ ਹੋਇਆ, ਉਹਦੀ ਗਿਣਤੀ ਵਧਣੀ ਸ਼ੁਰੂ ਹੋ ਗਈ ਕਿਉਂਕਿ ਉਹਦੀ ਪਾਪੂਲਰਿਟੀ ਇੱਕਦਮ ਹੀ ਜਿਵੇਂ ਕਿ ਨਹੀਂ ਕਹਿੰਦੇ ਕੋਈ ਜੰਗਲ ਦੀ ਅੱਗ ਵਾਂਗ ਫੈਲਦੀ ਆ, ਅਤੇ ਜ਼ਿਆਦਾ ਪਰਚਿਆਂ ਦੀ ਮੰਗ ਹੋਣ ਲੱਗ ਪਈ। ਜਦੋਂ ਜ਼ਿਆਦਾ ਪਰਚਿਆਂ ਦੀ ਮੰਗ ਹੋਣ ਲੱਗ ਪਈ ਤਾਂ ਪਹਿਲੀ ਮਸ਼ੀਨ ਹੱਥ ਨਾਲ ਚਲਾਉਣ ਵਾਲੀ ਮਸ਼ੀਨ ਸੀ ਛਾਪਾਖਾਨਾ ਜਿਹੜਾ ਸੀ, ਔਰ ਕਰਤਾਰ ਸਿੰਘ ਸਰਾਭਾ ਉਹਨੂੰ ਆਪਣੇ ਹੱਥ ਦੇ ਨਾਲ ਗੇਰਦਾ ਸੀ, ਰਘਵੀਰ ਦਿਆਲ ਉਹਨੂੰ ਗੇਰਦਾ ਹੁੰਦਾ ਸੀਗਾ। ਫਿਰ ਲਾਲਾ ਹਰਦਿਆਲ ਨੇ ਕਿਹਾ ਕਿ ਸਾਨੂੰ ਹੁਣ ਬਿਜਲੀ ਨਾਲ ਚੱਲਣ ਵਾਲੀ, ਜੇ ਅਸੀਂ
ਨਵੀਂ ਮਸ਼ੀਨ ਨਹੀਂ ਖਰੀਦ ਸਕਦੇ ਅਤੇ ਇੱਕ ਸੈਕਿੰਡ ਹੈਂਡ ਮਸ਼ੀਨ ਦੀ ਉਹਨੂੰ ਦੱਸ ਪਏ ਉਹਨੇ ਕਿਹਾ ਕਿ ਇਹ ਖਰੀਦੀ ਜਾ ਸਕਦੀ ਹੈ। ਠੀਕ ਹੈ, ਤੋ ਇੱਕ ਲਿਥੋ ਮਸ਼ੀਨ ਜਿਹੜੀ ਸੀ ਕਿ ਨਹੀਂ ਉਹ ਸੈਕਿੰਡ ਹੈਂਡ ਖਰੀਦੀ ਗਈ, ਪਾਰਟੀ ਨੂੰ ਉਸੇ ਵੇਲੇ ਪੈਸੇ ਭੇਜ ਦਿੱਤੇ ਵੀ ਠੀਕ ਆ। ਤੋ ਖਰੀਦ ਕੇ ਅਤੇ ਵੈਲਨਸੀਆ ਸਟਰੀਟ ਦੇ ਉੱਤੇ ਫਿਰ ਵੱਖਰਾ, ਕਿਉਂਕਿ ਜ਼ਿਆਦਾ ਅਖਬਾਰ ਛਪਣੇ ਸ਼ੁਰੂ ਹੋ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ, ਕਈ ਤਾਂ ਕਈਆਂ ਥਾਵਾਂ 'ਤੇ ਗਿਆ ਲੱਖਾਂ ਦੀ ਗਿਣਤੀ ਵਿੱਚ ਬਾਅਦ ਵਿੱਚ ਪਰਚਾ ਛਪਣ ਲੱਗ ਪਿਆ। ਇਸ ਕਰਕੇ ਵਧੇਰੇ ਗਿਣਤੀ ਵਿੱਚ ਲੋਕਾਂ ਦੀ ਜ਼ਰੂਰਤ ਸੀਗੀ, ਤਾਂ ਹੋਰ ਲੋਕ ਵੀ ਜਿਹੜੇ ਸਨ, ਬਾਬਾ ਹਰਨਾਮ ਸਿੰਘ ਟੁੰਡੀਲਾਟ ਤੋਂ ਇਲਾਵਾ ਖੇਮਚੰਦ ਗੁਜਰਾਤੀ ਜਿਹੜਾ ਸੀਗਾ ਉਹ, ਜਿਹਦੇ ਬਾਰੇ ਆਪਾਂ ਜ਼ਿਕਰ ਕੀਤਾ ਕਿ ਕੁਝ ਪਰਚੇ ਜਿਹੜੇ ਸੀ ਕਿ ਨਹੀਂ, ਖੇਮਚੰਦ ਗੁਜਰਾਤੀ ਗੁਜਰਾਤ ਦਾ ਸੀਗਾ ਅਤੇ ਉਹ ਗੁਜਰਾਤੀ ਭਾਸ਼ਾ ਵਿੱਚ ਵੀ ਇਹਨਾਂ ਪਰਚਿਆਂ ਦਾ ਕੁਝ ਜਿਹੜਾ ਸੀ ਕਿ ਨਹੀਂ, ਇੱਕ ਮਹੀਨੇ ਦੇ ਵਿੱਚ ਜਿਹੜੇ ਪਰਚੇ ਛਪਦੇ ਸੀਗੇ ਤਿੰਨ ਚਾਰ, ਉਹਨਾਂ 'ਚੋਂ ਦੋ ਕੁ ਜਿਹੜੇ ਸੀ ਕਿ ਨਹੀਂ ਉਹ ਰਲਾ ਮਿਲਾ ਕੇ ਅਤੇ ਇੱਕ ਪਰਚਾ ਗੁਜਰਾਤੀ ਵਿੱਚ ਛਾਪ ਦਿੰਦਾ ਸੀ, ਰਘਵੀਰ ਦਿਆਲ ਇੱਕ ਹਿੰਦੀ 'ਚ ਰਲਾ ਕੇ ਛਾਪ ਦਿੰਦਾ ਸੀ, ਪਸ਼ਤੋ ਵਿੱਚ ਵੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਵੀ ਕੁਝ ਪਰਚੇ ਇਸ ਤਰ੍ਹਾਂ ਛਾਪੇ ਗਏ। ਹੋਰ ਬੰਦੇ ਇੱਥੇ ਬਸੰਤ ਸਿੰਘ ਆ ਗਿਆ, ਜਗਤ ਰਾਮ ਹਰਿਆਣਾ ਆ ਗਿਆ, ਮਹਿਬੂਬ ਅਲੀ ਆ ਗਿਆ, ਬਾਬਾ ਪਿਰਥੀ ਸਿੰਘ ਆ ਗਿਆ। ਤੋ ਇਸ ਤਰੀਕੇ ਨਾਲ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਸਨ ਇਹ ਗਦਰ ਆਸ਼ਰਮ ਦੇ ਵਿੱਚ ਆਉਣੇ ਸ਼ੁਰੂ ਹੋ ਗਏ, ਕਿਉਂਕਿ ਕੰਮ ਜਿਹੜਾ ਸੀ ਇਹ ਵੱਧਦਾ ਜਾ ਰਿਹਾ ਸੀ। ਪਹਿਲਾਂ ਕੰਮ ਜਿਹੜਾ ਸੀਗਾ ਜਦੋਂ ਇਹ ਸ਼ੁਰੂ ਹੋਇਆ ਇਸ ਲਹਿਰ ਦਾ, ਤਾਂ ਗਦਰ ਆਸ਼ਰਮ ਦਾ, ਅਤੇ ਉਦੋਂ ਇਹ ਕਿਹਾ ਗਿਆ ਕਿ ਹਰ ਇੱਕ ਜਿਹੜਾ ਬੰਦਾ ਇੱਥੇ ਕੰਮ ਕਰਦਾ ਹੈ ਕਿ ਨਹੀਂ ਉਹ ਆਪਣਾ ਖਰਚਾ ਆਪ ਕਰੇਗਾ। ਠੀਕ ਹੈ, ਉਹ ਜਿੰਨਾ ਚਿਰ ਤੱਕ ਉਹਦੇ ਕੋਲ ਟਾਈਮ ਹੈਗਾ ਆ ਉਹ ਕੰਮ ਕਰੇ ਅਖਬਾਰ ਦੇ ਵਾਸਤੇ, ਗਦਰ ਆਸ਼ਰਮ ਦੇ ਵਿੱਚ ਰਹੇ ਕੰਮ ਕਰੇ, ਅਤੇ ਜਦੋਂ ਉਹਦੇ ਲੋੜ ਹੋਵੇ ਅਤੇ ਆਪਣੀ ਕਮਾਈ ਕਰਨ ਵਾਸਤੇ ਫਿਰ ਬਾਹਰ ਜਾਵੇ। ਤੋ ਇਹਦੇ ਨਾਲ ਕੰਮ ਦਾ ਬੜਾ ਹਰਜਾ ਹੁੰਦਾ ਸੀ, ਪਾਰਟੀ ਨੇ ਸੋਚਿਆ ਕਿ ਬੰਦਾ ਕੰਮ ਵੀ ਕਰੇ, ਬਾਹਰ ਜਾ ਕੇ ਕੰਮ ਕਰੇ, ਕਮਾ ਕੇ ਕੁਝ ਵੀ ਲਿਆਵੇ ਅਤੇ ਨਾਲ ਇੱਧਰ ਵੀ 24 ਘੰਟੇ ਸੇਵਾ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਵੇ। ਕੰਮ ਜ਼ਿਆਦਾ ਔਖਾ ਆ, ਇਹਨਾਂ ਨੂੰ 24 ਘੰਟੇ ਹੀ ਗਦਰ ਆਸ਼ਰਮ ਦੀ ਅਤੇ ਅਖਬਾਰ ਦੀ ਸੇਵਾ ਵਾਸਤੇ ਨਿਯੁਕਤ ਕੀਤਾ ਜਾਣਾ ਚਾਹੀਦਾ, ਅਤੇ $2 ਪ੍ਰਤੀ ਮਹੀਨਾ ਜਿਹੜਾ ਸੀ ਕਿ ਨਹੀਂ ਇੱਕ ਬੰਦੇ ਨੂੰ ਦੇਣਾ ਸ਼ੁਰੂ ਕੀਤਾ, ਵੀ ਉਹਦੀ ਇੱਕ ਤਰੀਕੇ ਦੀ ਵੇਜ ਵੀ ਤੇਰੇ ਨਿੱਜੀ ਖਰਚੇ ਜਿਹੜੇ ਤੂੰ ਇਹ ਪੂਰੇ ਕਰ ਸਕਦਾ ਹੈ। ਇਸ ਤੋਂ ਇਲਾਵਾ ਜਿਹੜੀ ਰਾਸ਼ਨ ਪਾਣੀ ਸੀਗਾ, ਸਬਜ਼ੀਆਂ ਸੀਗੀਆਂ, ਦੁੱਧ ਸੀਗਾ, ਇਹ ਬਾਬਾ ਜਵਾਲਾ ਸਿੰਘ ਅਤੇ ਬਾਬਾ ਵਿਸਾਖਾ ਸਿੰਘ ਹੁਣ ਦੇ ਫਾਰਮ ਤੋਂ ਆ ਜਾਂਦਾ ਸੀ, ਹੋਰ ਵਸਤਾਂ ਵੀ ਅਨਾਜ ਜਿਹੜਾ ਸੀ ਉੱਥੋਂ ਆ ਜਾਂਦਾ ਸੀਗਾ। ਤੋ $2 ਜਿਹੜੇ ਸੀ ਕਿ ਨਹੀਂ ਉਹ ਦਿੱਤੇ ਜਾਂਦੇ ਸੀਗੇ ਹਰ ਇੱਕ ਨੂੰ ਆਪਣੇ ਨਿੱਜੀ ਖਰਚੇ ਵਾਸਤੇ। ਤੋ ਇੱਕ ਤਰੀਕੇ ਦੇ ਨਾਲ ਇਹ ਸਵੈ ਸੇਵਾ ਸੀਗੀ, ਬਿਨਾਂ ਕਿਸੇ ਮਜ਼ਦੂਰੀ ਤੋਂ, ਜਿਹੜਾ ਅੱਗੇ ਜਾ ਕੇ ਉਹਨਾਂ ਨੇ ਜ਼ਿਕਰ ਵੀ ਕੀਤਾ ਆਪਣੇ ਪਰਚੇ ਦੇ ਵਿੱਚ ਕਿ ਇਹ ਬਿਨਾਂ ਮਜ਼ਦੂਰੀ ਤੋਂ ਸੇਵਾ ਕਰਨ ਵਾਲਿਆਂ ਦਾ, ਪ੍ਰੇਮ ਭਾਵ ਨਾਲ ਕੰਮ ਕਰਨ ਵਾਲਿਆਂ ਦਾ ਜਿਹੜਾ ਇਹ ਪਰਚਾ ਅਤੇ ਏਜੰਡਾ ਹੈ ਅਤੇ ਇਹ ਉਹਨਾਂ ਦਾ ਆਸ਼ਾ ਅਤੇ ਉਦੇਸ਼ ਹੈ। ਡਾਕਟਰ ਸਾਹਿਬ, ਗਦਰ ਪਾਰਟੀ ਦੇ ਕਾਰਜਾਂ ਬਾਰੇ ਔਰ ਗਦਰ ਅਖਬਾਰ ਬਾਰੇ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ, ਲੇਕਿਨ ਸਮਾਂ ਹੋ ਗਿਆ ਜੀ ਹੁਣ ਬ੍ਰੇਕ ਦਾ। ਸੋ ਜੀ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ, ਔਰ ਅੱਜ ਡਾਕਟਰ ਸੰਧੂ ਸਾਨੂੰ ਗਦਰ ਪਾਰਟੀ ਦੇ ਕਾਰਜਾਂ ਔਰ ਗਦਰ ਅਖਬਾਰ ਬਾਰੇ ਜਾਣਕਾਰੀ ਦੇ ਰਹੇ। ਆਓ ਜੀ ਅਗਲੀ ਗੱਲ ਕਰਦੇ ਡਾਕਟਰ ਸੰਧੂ ਉਹਨਾਂ ਦੇ ਨਾਲ। ਡਾਕਟਰ ਸਾਹਿਬ, ਗਦਰ ਅਖਬਾਰ ਦਾ ਜ਼ਿਕਰ ਜਿਹੜਾ ਇਤਿਹਾਸ ਦੇ ਵਿੱਚ ਬਹੁਤ ਆਉਂਦਾ ਹੈ, ਇਹ ਗਦਰ ਸ਼ਬਦ ਜਿਹੜਾ ਹੈ ਇਹ ਕਿੱਥੋਂ ਇਜਾਦ ਹੋਇਆ, ਕਿਉਂ ਉਹਨਾਂ ਨੇ ਅਖਬਾਰ ਦਾ ਨਾਂ ਜਿਹੜਾ ਜੀ ਗਦਰ ਅਖਬਾਰ ਰੱਖਿਆ? ਇਹ ਆਪਾਂ ਇਸ਼ਾਰਤਨ ਗੱਲ ਪਿੱਛੇ ਕਰਕੇ ਵੀ ਆਏ ਹਾਂ। 1857 ਦੇ ਗਦਰ ਦੇ ਮਤਲਬ ਜੀ 1800 ਅਸਲ 'ਚ 1857 ਜਿਹੜਾ ਗਦਰ ਸੀਗਾ ਉਹ ਇੱਕ ਤਰੀਕੇ ਦਾ ਹਥਿਆਰਬੰਦ ਇਨਕਲਾਬ ਸੀਗਾ ਅੰਗਰੇਜ਼ੀ ਰਾਜ ਦੇ ਖਿਲਾਫ਼। ਕੁਝ ਲੋਕਾਂ ਦੀ ਰਾਏ ਦੇ ਬਾਰੇ ਵੱਖਰੀ ਆ,
ਉਹਨਾਂ ਦਾ ਕਹਿਣਾ ਇਹ ਹੈਗਾ ਕਿ ਇਹ ਤਾਂ ਦੇਸੀ ਰਿਆਸਤਾਂ ਦੇ ਰਾਜਿਆਂ ਦਾ ਆਪਣੀਆਂ ਗੱਦੀਆਂ ਨੂੰ ਬਚਾਉਣ ਦਾ ਇੱਕ ਯੁੱਧ ਸੀਗਾ ਅਤੇ ਕੁਛ ਜਿਹੜੇ ਨੇ ਇਤਿਹਾਸਕਾਰ ਵੱਡੀ ਗਿਣਤੀ ਵਿੱਚ ਉਹ ਇਹ ਕਹਿੰਦੇ ਨੇ ਕਿ ਨਹੀਂ ਇਹ ਦੇਸ਼ ਦਾ ਆਜ਼ਾਦੀ ਸੰਗਰਾਮ ਸੀਗਾ ਇਹ ਫੌਜੀਆਂ ਦੀ ਜਿਹੜੀ ਸੀ ਕਿ ਨਹੀਂ ਇਹ ਦੇਸ਼ ਦੀ ਆਜ਼ਾਦੀ ਦੀ ਲੜਾਈ ਸੀਗੀ ਸਾਡੇ ਗਦਰੀ ਜਿਹੜੇ ਸਨ ਉਹ ਵੀ ਇਸੇ ਧਾਰਨਾ ਦੇ ਸੀ ਕਿ ਇਹ ਇੱਕ ਲੜਾਈ ਸੀਗੀ ਅੰਗਰੇਜ਼ਾਂ ਦੇ ਵਿਰੁੱਧ ਜਿਹੜੀ ਕਾਮਯਾਬ ਨਹੀਂ ਹੋ ਸਕੀ ਅਤੇ ਸਾਨੂੰ ਹੁਣ ਇਹ ਜਿਹੜੀ ਲੜਾਈ ਹੈ ਕਿ ਨਹੀਂ ਇਹ ਦੁਬਾਰਾ ਆਰੰਭ ਕਰਨੀ ਪਵੇਗੀ। ਗਦਰ ਅਖਬਾਰ ਦੇ ਉੱਤੇ ਮੋਟਾ ਹੀ ਇਹੋ ਲਿਖਿਆ ਹੁੰਦਾ ਸੀਗਾ ਕਿ ਪਹਿਲਾ ਗਦਰ ਹੋਏ ਨੂੰ 56 ਵਰੇ ਹੋ ਗਏ ਨੇ ਅਤੇ ਹੁਣ ਸਾਨੂੰ ਦੂਜੇ ਗਦਰ ਦੀ ਲੋੜ ਹੈ। ਠੀਕ ਹੈ, ਦੂਜੇ ਗਦਰ ਦੀ ਲੋੜ ਕਰਕੇ ਇਹਦਾ ਨਾਂ ਜਿਹੜਾ ਸੀ ਗਦਰ ਰੱਖਿਆ ਗਿਆ। ਗਦਰ ਸ਼ਬਦ ਜਿਹੜਾ ਆਪਣੇ ਆਪ ਦੇ ਵਿੱਚ ਵੈਸੇ ਇਹ ਨੈਗੇਟਿਵ ਸ਼ਬਦ ਕਿਹਾ ਜਾਂਦਾ ਹੈ ਕਿ ਇਹਦਾ ਮਤਲਬ ਹੈ ਗੜਬੜੀ ਬਚਾਉਣਾ, ਅਰਾਜਕਤਾ ਬਚਾਉਣਾ। ਵੈਸੇ ਤਾਂ ਇਹ ਕਿ ਕੋਈ ਵੀ ਜਿਹੜੀ ਸਟੇਟ ਹੁੰਦੀ ਹੈ ਜਿਹੜੀ ਰਾਜ ਕਰ ਰਹੀ ਹੁੰਦੀ ਹੈ ਉਹਨਾਂ ਦੇ ਖਿਲਾਫ ਜਿਹੜੀਆਂ ਵੀ ਦੇਸ਼ ਭਗਤ ਤਾਕਤਾਂ ਉੱਠਦੀਆਂ ਨੇ ਉਹ ਉਹਨਾਂ ਵਾਸਤੇ ਗੜਬੜੀ ਬਚਾਉਣ ਵਾਲੀਆਂ ਹੀ ਹੁੰਦੀਆਂ ਨੇ, ਅਰਾਜਕਤਾ ਬਚਾਉਣ ਵਾਲੀਆਂ ਹੀ ਹੁੰਦੀਆਂ ਨੇ। ਉਹਨਾਂ ਵਾਸਤੇ ਉਹਨਾਂ ਦੇ ਕੋਲ ਦੇਸ਼ ਦਰੋਹੀ ਦਾ ਲੱਕ ਵੀ ਹੁੰਦਾ ਹੈ, ਜਿਵੇਂ ਹੁਣ ਵੀ ਅੱਜ ਕੱਲ੍ਹ ਵੀ ਭਾਰਤ ਦੇ ਵਿੱਚ ਦੇਸ਼ ਦਰੋਹੀ ਦਾ ਲਕਬ ਜਿਹੜਾ ਕਿ ਨਹੀਂ ਉਹ ਸਰਕਾਰਾਂ ਜਾਂ ਪੁਲਿਸ ਜਿਹੜੀ ਆ ਸਟੇਟ ਜਿਹੜੀ ਆ ਉਹ ਜਿਹਨੂੰ ਮਰਜ਼ੀ ਦੇ ਸਕਦੀ ਆ, ਭਾਵੇਂ ਵਿਦਿਆਰਥੀ ਆਪਣਾ ਘੋਲ ਘੁਲ ਰਹੇ ਹੋਣ ਆਪਣੀਆਂ ਮੰਗਾਂ ਦੇ ਵਾਸਤੇ, ਭਾਵੇਂ ਕਿਸਾਨ ਆਪਣਾ ਘੋਲ ਘੁਲ ਰਹੇ ਹੋਣ, ਤਾਂ ਉਹਨਾਂ ਵਾਸਤੇ ਦੇਸ਼ ਦਰੋਹੀ ਜਿਹੜਾ ਉਹ ਫੱਟ ਦੋਸ਼ ਲਾਗੂ ਕੀਤਾ ਜਾ ਸਕਦਾ। ਤੋ ਇਸ ਤਰ੍ਹਾਂ ਹੀ ਗਦਰ ਜਿਹੜਾ ਸੀ ਇਹ ਨੈਗੇਟਿਵ ਅਰਥਾਂ ਵਿੱਚ ਵਰਤਿਆ ਜਾਂਦਾ ਸੀਗਾ। ਤੋ ਇਹਨਾਂ ਗਦਰੀਆਂ ਨੇ ਇਹ ਕਿਹਾ ਕਿ ਅਸੀਂ ਇੱਕ ਤਾਂ ਉਸ ਗਦਰ ਦੀ ਲਗਾਤਾਰਤਾ ਨੂੰ ਕਾਇਮ ਰੱਖਣਾ ਹੈ, ਦੂਜਾ ਇਹ ਸੀ ਕਿ ਇਹਦਾ ਨਾਂ ਗਦਰ ਰੱਖ ਕੇ ਅੰਗਰੇਜ਼ਾਂ ਨੂੰ ਵੀ ਇੱਕ ਤਰੀਕੇ ਦੇ ਨਾਲ ਚੜਾਉਣਾ ਸੀਗਾ ਕਿ ਤੁਸੀਂ ਜਿਹੜੇ ਗਦਰ ਨੂੰ ਮਾੜਾ ਸਮਝਦੇ ਸੀਗੇ, ਜਿਹੜੇ ਗਦਰ ਦੇ ਖਿਲਾਫ਼ ਤੁਸੀਂ ਬੋਲੇ ਹੋ ਉਹਦੇ ਖਿਲਾਫ਼ ਐਕਸ਼ਨ ਕੀਤੇ ਨੇ, ਉਹ ਗਦਰ ਖਤਮ ਨਹੀਂ ਹੋਇਆ, ਉਹ ਗਦਰ ਇੱਕ ਨਵੇਂ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਹਾਜ਼ਰ ਹੋ ਰਿਹਾ ਜੀ। ਅਗਲੀ ਗੱਲ ਇਹ ਸੀ ਕਿ ਗਦਰ ਨੂੰ ਉਹਨਾਂ ਨੇ ਇਸ ਪ੍ਰਸੰਗ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਨਵੇਂ ਅਰਥ ਦੇ ਦਿੱਤੇ। ਹੁਣ ਗਦਰ ਅਰਾਜਕਤਾ ਦਾ ਨੈਗੇਟਿਵ ਦਾ ਚਿੰਨ੍ਹ ਨਹੀਂ ਰਹਿ ਗਿਆ, ਹੁਣ ਗਦਰ ਜਿਹੜਾ ਸੀ ਇਨਕਲਾਬ ਦਾ ਚਿੰਨ੍ਹ ਬਣ ਕੇ ਸਾਡੇ ਸਾਹਮਣੇ ਪੇਸ਼ ਕਰਨ ਦੀ ਉਹਨਾਂ ਨੇ ਜਿਹੜੀ ਸੀ ਕਿ ਇਹ ਵਕਾਲਤ ਵੀ ਕੀਤੀ, ਜ਼ਰੂਰਤ ਵੀ ਕੀਤੀ ਅਤੇ ਸਿਆਣਪ ਵੀ ਕੀਤੀ। ਸੋ ਇਸੇ ਕਰਕੇ ਹੀ ਗਦਰ ਅਖਬਾਰ ਦਾ ਨਾਂ ਗਦਰ ਰੱਖਿਆ ਗਿਆ ਅਤੇ ਇਹਦੇ ਤੋਂ ਪ੍ਰੇਰਿਤ ਹੋ ਕੇ ਇੰਨਾ ਨਾਂ ਪ੍ਰਚਲਿਤ ਹੋ ਗਿਆ ਕਿ ਜਿਹੜੀ ਪਾਰਟੀ ਸੀ ਜਿਹਦਾ ਨਾਂ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਸੀਗਾ ਉਹਨੂੰ ਹੁਣ ਗਦਰ ਪਾਰਟੀ ਕਿਹਾ ਜਾਣ ਲੱਗ ਪਿਆ ਜੀ। ਜਿਹੜਾ ਉਹਨਾਂ ਨੇ ਹੈੱਡਕੁਆਟਰ ਬਣਾਇਆ ਸੀ ਉਹਦਾ ਨਾਂ ਸੀ ਯੁਗਾਂਤਰ ਆਸ਼ਰਮ, ਇਹ ਰੱਖਿਆ ਗਿਆ ਸੀਗਾ। ਇਹ ਬੰਗਾਲ ਦਾ ਇੱਕ ਪਰਚਾ ਸੀਗਾ ਯੁਗਾਂਤਰ, ਬੜਾ ਮਸ਼ਹੂਰ ਇਨਕਲਾਬੀ ਪਰਚਾ ਸੀਗਾ ਜਿਹਦਾ ਮਤਲਬ ਹੈ ਕਿ ਇਹਦੇ ਵਿੱਚ ਛਪੀਆਂ ਹੋਈਆਂ ਲਿਖਤਾਂ ਜਿਹੜੀਆਂ ਨੇ ਇਹ ਯੁੱਗ ਨੂੰ ਤਬਦੀਲ ਕਰਨ ਦੇ ਵਾਸਤੇ ਜਿਹੜੀਆਂ ਨੇ ਕਿ ਨਹੀਂ ਉਹ ਪ੍ਰੇਰਨਾ ਦਾ ਸੋਮਾ ਬਣਨਗੀਆਂ। ਸੋ ਇਹ ਜਿਹੜਾ ਆਸ਼ਰਮ ਸੀਗਾ ਇਹ ਵੀ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰਨ ਵਾਸਤੇ ਜਿਹੜੇ ਕੰਮ ਹੋਣੇ ਸੀ, ਜਿਹੜੀਆਂ ਲਿਖਤਾਂ ਲਿਖੀਆਂ ਜਾਣੀਆਂ ਸੀ ਉਹਦਾ ਇੱਕ ਚਿੰਨ੍ਹ ਬਣ ਕੇ ਪੇਸ਼ ਹੋਣਾ ਸੀ, ਨਾ ਇਹਦਾ ਵੀ ਯੁਗਾਂਤਰ ਆਸ਼ਰਮ ਰੱਖਿਆ ਗਿਆ ਸੀਗਾ, ਪਰ ਇਹ ਵੀ ਗਦਰ ਪਾਰਟੀ ਦੇ ਨਾਂ ਦੇ ਉੱਤੇ ਗਦਰ ਆਸ਼ਰਮ ਦੇ ਤੌਰ 'ਤੇ ਪ੍ਰਸਿੱਧ ਹੋ ਗਿਆ ਜੀ। ਡਾਕਟਰ ਸਾਹਿਬ, ਪਹਿਲਾਂ ਤੁਸੀਂ ਗਦਰ ਅਖਬਾਰ ਤਾਂ ਦੱਸ ਰਹੇ ਸੀ ਕਿ ਇਹਦੀ ਸਰਕੂਲੇਸ਼ਨ ਬਹੁਤ ਵੱਧ ਗਈ ਜੀ, ਔਰ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਖਾਸ ਤੌਰ 'ਤੇ ਹਿੰਦੁਸਤਾਨ ਤੱਕ ਵੀ ਭੇਜਿਆ ਜਾਣ ਲੱਗਾ ਜੀ। ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ, ਇਹਦੀ ਸਰਕੂਲੇਸ਼ਨ ਬਾਰੇ। ਇਹਦੀ ਸਰਕੂਲੇਸ਼ਨ ਦੇ ਬਾਰੇ ਇਹ ਹੈ ਕਿ ਇਹ ਪਰਚਾ ਜਿਹੜਾ ਸੀ ਕਿ ਨਹੀਂ ਇਹ ਜਿੱਥੇ ਵੀ ਭੇਜਿਆ ਜਾਂਦਾ ਸੀ ਇਹ ਮੁਫਤ ਭੇਜਿਆ ਜਾਂਦਾ ਸੀਗਾ। ਠੀਕ ਹੈ, ਖਰਚਾ ਵੀ ਬੜਾ ਆਉਂਦਾ ਸੀਗਾ। ਇੱਕ ਹੋਰ ਤੁਹਾਨੂੰ ਮੈਂ ਦਿਲਚਸਪ ਪਹਿਲਿਆਂ ਵਿੱਚ ਤਾਂ ਕਰਤਾਰ ਸਿੰਘ ਸਰਾਭਾ ਪ੍ਰੈਸ ਵੀ ਚਲਾਉਂਦਾ ਸੀ ਅਤੇ ਜਿਹੜੇ ਲਾਗੇ ਪਾਸੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਥਾਂ ਸੀਗੀ ਨਹੀਂ ਟਿਕਾਣੇ ਉਹਨਾਂ ਉੱਤੇ ਪਰਚਾ ਆਪ ਹੀ ਜਾ ਕੇ ਪਹੁੰਚਾ ਦਿੰਦਾ ਹੁੰਦਾ ਸੀਗਾ ਅਤੇ ਡਾਕ ਦੇ ਵਿੱਚ ਵੀ ਪਤੇ ਲਿਖ ਕੇ ਅਤੇ ਉਹ ਹੀ ਪਾਇਆ ਕਰਦਾ ਸੀ। ਪਰ ਜਦੋਂ ਆਪਣੇ ਕੋਲ ਬਿਜਲੀ ਨਾਲ ਚੱਲਣ ਵਾਲੀ ਲਿਥੋ ਮਸ਼ੀਨ ਆ ਗਈ ਅਤੇ ਪਰਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਡੇ ਵਿਸ਼ਾਲ ਪੈਮਾਨੇ ਉੱਤੇ ਛਪਣ ਲੱਗੀ ਤਾਂ ਪਰਚਾ ਬਾਹਰਲੇ ਮੁਲਕਾਂ ਵਿੱਚ ਵੀ ਭੇਜਿਆ ਜਾਣਾ ਜ਼ਰੂਰੀ ਹੋ ਗਿਆ। ਅਸਲ ਵਿੱਚ ਇਹ ਭਾਰਤ ਵਿੱਚ ਭੇਜਿਆ ਜਾਣਾ ਜ਼ਰੂਰੀ ਸੀਗਾ। ਜਿਹੜੇ ਪੂਰਬੀ ਟਾਪੂ ਸੀਗੇ ਸਾਡੇ, ਸ਼ੰਘਾਈ ਸੀਗਾ, ਹਾਂਗਕਾਂਗ ਸੀ, ਸਿੰਗਾਪੁਰ ਸੀ, ਮਨੀਲਾ ਸੀਗਾ, ਜਾਪਾਨ ਸੀਗਾ, ਜਾਂ ਉੱਧਰ ਦੱਖਣੀ ਅਫਰੀਕਾ ਵਰਗੇ ਜਿਹੜੇ ਮੁਲਕ ਸਨ, ਇਹਨਾਂ ਸਾਰਿਆਂ ਦੇ ਵਿੱਚ ਹੀ ਪਰਚਾ ਜਿੱਥੇ ਜਿੱਥੇ ਪੰਜਾਬੀ ਸੀ ਉਹ ਭੇਜਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ। ਅੱਛਾ, ਪਰਚਾ ਡਾਕ ਰਾਹੀਂ ਜਾਂਦਾ ਸੀਗਾ, ਪਰ ਇਸ ਗੱਲ ਦੀ ਸੂਹ ਜਿਹੜੀ ਸੀਗੀ ਉਹ ਅੰਗਰੇਜ਼ ਸਰਕਾਰ ਨੂੰ ਮਿਲ ਗਈ ਹੋਈ ਸੀਗੀ ਕਿ ਪਰਚਾ
ਜਿਹੜਾ ਇੱਥੋਂ ਨਿਕਲਣਾ ਸ਼ੁਰੂ ਹੋ ਗਿਆ। ਇਹ ਬਗਾਵਤ ਦੀਆਂ ਜਿਹੜੀਆਂ ਉਹ ਇਹਦੇ ਵਿੱਚੋਂ ਸੋਆਂ ਆਉਣ ਲੱਗ ਪਈਆਂ ਨੇ, ਇਹ ਲੋਕਾਂ ਨੂੰ ਬਗਾਵਤ ਲਈ ਪ੍ਰੇਰਦਾ ਪਿਆ ਆ। ਅਤੇ ਇਸ ਪਰਚੇ ਨੂੰ ਹਿੰਦੁਸਤਾਨ ਵਿੱਚ ਅਤੇ ਜਿਹੜੀਆਂ ਦੂਜੀਆਂ ਬਸਤੀਆਂ ਨੇ ਅੰਗਰੇਜ਼ਾਂ ਦੇ ਕਬਜ਼ੇ ਵਾਲੀਆਂ, ਉੱਥੇ ਵੀ ਭੇਜਿਆ ਜਾ ਰਿਹਾ। ਤਾਂ ਉਹਨਾਂ ਨੇ ਇੱਕ ਨਵਾਂ ਕਾਨੂੰਨ ਸਮੁੰਦਰੀ ਵਸਤਾਂ ਉੱਤੇ ਮਸੂਲ ਦਾ ਕਾਨੂੰਨ ਜਿਹੜਾ ਸੀ ਉਹ ਲਾਗੂ ਕਰ ਦਿੱਤਾ। ਠੀਕ ਹੈ। ਇਸ ਕਾਨੂੰਨ ਦੇ ਮੁਤਾਬਕ ਕੀ ਹੁੰਦਾ ਸੀਗਾ ਕਿ ਜਿਹੜਾ ਵੀ ਸਮੁੰਦਰੀ ਜਹਾਜ਼ ਵਿੱਚ ਬਾਹਰੋਂ ਚਿੱਠੀਆਂ ਜਾਂਦੀਆਂ ਸੀਗੀਆਂ, ਪਾਰਸਲ ਜਾਂਦੇ ਸੀ, ਬਿਲਟੀਆਂ ਜਾਂਦੀਆਂ ਸੀਗੀਆਂ, ਉਹਨਾਂ ਨੂੰ ਜਹਾਜ਼ ਦੇ ਵਿੱਚ ਹੀ ਪੁਲਿਸ ਜਿਹੜੀ ਸੀਗੀ ਉਹ ਉਹਨਾਂ ਨੂੰ ਖੋਲ੍ਹ ਸਕਦੀ ਸੀ, ਖੋਲ੍ਹ ਕੇ ਉਹਨਾਂ ਨੂੰ ਪੜਤਾਲ ਸਕਦੀ ਸੀ, ਵੇਖ ਸਕਦੀ ਸੀ ਕਿ ਇਹਨਾਂ ਵਿੱਚ ਕੀ ਚੀਜ਼ ਹੈਗੀ ਆ। ਔਰ ਜਿਹੜੀ ਚੀਜ਼ ਉਹਨਾਂ ਨੂੰ ਲੱਗਦੀ ਸੀ ਕਿ ਇਹ ਦੇਸ਼ ਵਿੱਚ ਦਾਖਲ ਹੋਣ ਦੇ ਯੋਗ ਨਹੀਂ ਹੈਗੀ, ਉਹਨੂੰ ਜ਼ਬਤ ਕਰ ਸਕਦੇ ਸਨ। ਅਤੇ ਇਸ ਤਰ੍ਹਾਂ ਸਾਡੇ ਪਰਚੇ ਜਿਹੜੇ ਸੀ ਗਦਰ ਦੇ ਇਹ ਜ਼ਬਤ ਹੋਣੇ ਸ਼ੁਰੂ ਹੋ ਗਏ। ਔਰ ਇਸ ਤਰੀਕੇ ਨਾਲ ਅੰਗਰੇਜ਼ਾਂ ਨੇ ਇੱਕ ਤਰੀਕੇ ਨਾਲ ਸਮਝ ਲਓ ਤੁਸੀਂ ਕਿ ਜਿੰਨੀਆਂ ਵੀ ਉਹ ਬਸਤੀਆਂ ਸੀਗੀਆਂ ਸਾਰੀਆਂ ਅੰਗਰੇਜ਼ਾਂ ਦੀਆਂ, ਉਹਨਾਂ ਵਿੱਚ ਅਖਬਾਰ ਨੂੰ ਜਾਣਾ ਬੰਦ ਕਰ ਦਿੱਤਾ। ਜਦੋਂ ਇਸ ਗੱਲ ਦਾ ਪਤਾ ਲੱਗਾ ਸਾਡੇ ਗਦਰੀ ਸੂਰਬੀਰਾਂ ਨੂੰ ਜਿਹੜੇ ਇੱਥੇ ਸਨ ਫਰਾਂਸਿਸਕੋ ਕੰਮ ਕਰਦੇ ਪਏ ਸਨ, ਤਾਂ ਉਹਨਾਂ ਨੇ ਇੱਕ ਫਿਰ ਹੋਰ ਤਰਕੀਬ ਸੋਚੀ, ਵੱਖਰੀ ਤਰਕੀਬ ਸੋਚੀ, ਉਹਦੀ ਗੱਲ ਆਪਾਂ ਅੱਗੇ ਜਾ ਕਰ ਸਕਦੇ ਜੀ। ਬਿਲਕੁਲ, ਅੱਗੇ ਜਾ ਕੇ ਗੱਲ ਕਰਦੇ ਹਾਂ ਹੋਰ ਵਿਸਥਾਰ ਦੇ ਨਾਲ, ਲੇਕਿਨ ਹੁਣ ਸਮਾਂ ਇੱਕ ਬ੍ਰੇਕ ਦਾ ਹੋ ਗਿਆ, ਇੱਕ ਬ੍ਰੇਕ ਤੋਂ ਬਾਅਦ ਵਾਪਸ ਪਰਦੇ ਹਾਂ ਜੀ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗਦਰ ਲਹਿਰ ਦੇ ਕਾਰਜਾਂ ਔਰ ਗਦਰ ਅਖਬਾਰ ਦੀ ਸਰਕੂਲੇਸ਼ਨ ਬਾਰੇ ਗੱਲਬਾਤ ਕਰ ਰਹੇ ਸੀ, ਖਾਸ ਤੌਰ 'ਤੇ ਬ੍ਰੇਕ ਤੋਂ ਪਹਿਲਾਂ। ਆਓ ਜੀ ਅਗਲੀ ਗੱਲਬਾਤ ਕਰਦੇ ਡਾਕਟਰ ਸੰਧੂਣਾ ਦੇ ਨਾਲ। ਡਾਕਟਰ ਸਾਹਿਬ, ਬ੍ਰੇਕ ਤੋਂ ਪਹਿਲਾਂ ਤੁਸੀਂ ਦੱਸ ਰਹੇ ਸੀਗੇ ਕਿ ਜਦੋਂ ਗਦਰ ਅਖਬਾਰ ਜਿਹੜੀ ਸੀ ਉਹ ਭਾਰਤ ਆਉਣੀ ਸ਼ੁਰੂ ਹੋਈ ਜਾਂ ਜਿੱਥੇ ਜਿੱਥੇ ਅੰਗਰੇਜ਼ੀ ਸਾਮਰਾਜ ਦੀਆਂ ਬਸਤੀਆਂ 'ਚ ਉੱਥੇ ਜਾਣੀ ਸ਼ੁਰੂ ਹੋਈ ਤਾਂ ਅੰਗਰੇਜ਼ ਸਾਮਰਾਜ ਨੂੰ ਬਖਾਵਤ ਦੀ ਬੋ ਆਉਣ ਲੱਗੀ ਅਤੇ ਉਹਨੇ ਬਹੁਤ ਜਗ੍ਹਾ ਤੋਂ ਗਦਰ ਅਖਬਾਰ ਦਾ ਜਿਹੜਾ ਆਉਣਾ ਸੀ ਉਹ ਰੋਕ ਦਿੱਤਾ। ਉਸ ਤੋਂ ਬਾਅਦ ਅੱਗੇ ਗਦਰ ਪਾਰਟੀ ਵਾਲਿਆਂ ਨੇ ਕੀ ਸੋਚਿਆ ਫਿਰ? ਅੱਗੇ ਜਦੋਂ ਜਾਣਾ ਬੰਦ ਹੋ ਗਿਆ ਨਾ, ਵੀ ਸਮੁੰਦਰੀ ਵਸਤਾ ਉੱਤੇ ਜਿਹੜਾ ਮਸੂਲ ਦਾ ਕਾਨੂੰਨ ਜਿਹੜਾ ਸੀ ਲਾਗੂ ਕੀਤਾ ਉਹਦੇ ਮੁਤਾਬਕ ਉਹਨਾਂ ਨੇ ਜਹਾਜ਼ ਦੇ ਵਿੱਚ ਹੀ ਜਿਹੜੀਆਂ ਇਹ ਗਦਰ ਅਖਬਾਰ ਸੀ ਜਾਂ ਜਿਹੜੀਆਂ ਇੱਦਾਂ ਦੀਆਂ ਉਹਨਾਂ ਲੱਗਦਾ ਸੀ ਇਹ ਨਜਾਇਜ਼ ਚੀਜ਼ਾਂ ਨੇ ਜਿਹੜੀਆਂ ਦੇਸ਼ ਵਿੱਚ ਜਾ ਕੇ ਬਗਾਵਤ ਫੈਲਾ ਸਕਦੀਆਂ, ਉਹ ਉੱਥੇ ਉਹਨਾਂ ਨੇ ਜ਼ਬਤ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਦੋਂ ਬਾਅਦ ਫਿਰ ਉਹਨਾਂ ਨੇ ਇਹ ਕੀਤਾ ਕਿ ਪਰਚੇ ਜਿਹੜੇ ਸਨ ਨਾ ਪੇਟੀਆਂ ਵਿੱਚ ਬੰਦ ਕਰਕੇ ਅਤੇ ਜਪਾਨ ਭੇਜਣੇ ਸ਼ੁਰੂ ਕਰਤੇ। ਜਪਾਨ ਵਿੱਚ ਮੌਲਵੀ ਬਰਕਤੋਲਾ ਰਹਿੰਦੇ ਸੀਗੇ, ਠੀਕ ਹੈ, ਜਿਹੜੇ ਪਹਿਲਾਂ ਅਮਰੀਕਾ ਵਿੱਚੋਂ ਹੀ ਗਏ ਹੋਏ ਸੀਗੇ ਅਤੇ ਆਪਾਂ ਸ਼ੁਰੂ ਵਿੱਚ ਕਿਸੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਜਿਹੜਾ ਅਮਰੀਕਾਨਾਂ ਨੇ ਇੰਡੀਆ ਹਾਊਸ ਬਣਾਇਆ ਸੀ ਉਹਦੇ ਵਿੱਚ ਜਿਹੜੇ ਜਲਾਵਤਨ ਦੇਸ਼ ਭਗਤ ਰਹਿੰਦੇ ਸੀ ਉਹਦੇ ਵਿੱਚ ਹੀ ਮੌਲਵੀ ਬਰਕਤੋਲਾ ਵੀ ਰਹਿੰਦੇ ਸੀਗੇ। ਪਰ ਜਦੋਂ ਉਹਨਾਂ ਨੇ ਉਹ ਇੰਡੀਆ ਹਾਊਸ ਤੋੜ ਦਿੱਤੇ ਅਤੇ ਮੌਲਵੀ ਬਰਕਤੋਲਾ ਜਿਹੜੇ ਸੀ ਉਹ ਜਪਾਨ ਜਾ ਕੇ ਉੱਥੇ ਯੂਨੀਵਰਸਿਟੀ ਦੇ ਵਿੱਚ ਅਰਬੀ ਅਤੇ ਫਾਰਸੀ ਜਿਹੜਾ ਸੀ ਉਹ ਪੜ੍ਹਾਉਣ ਲੱਗ ਪਏ, ਉਰਦੂ ਦੀ ਤਾਲੀਮ ਦੇਣ ਲੱਗ ਪਏ ਜੀ, ਕਿਉਂਕਿ ਉਹਨਾਂ ਦਾ ਲਿੰਕ ਸੀਗਾ ਗਦਰ ਪਾਰਟੀ ਦੇ ਨਾਲ ਅਤੇ ਸਾਰੇ ਪਰਚੇ ਪੇਟੀਆਂ 'ਚ ਬੰਦ ਕਰਕੇ ਉਹਨਾਂ ਦੇ ਕੋਲ ਜਾਂਦੇ ਸੀ। ਉਹ ਫਿਰ ਅੱਗੋਂ ਕਿਸੇ ਤਰੀਕੇ ਦੇ ਨਾਲ ਉਹ ਸਾਰੇ ਪਰਚੇ ਜਿਹੜੇ ਸੀਗੇ ਉਹ ਪੈਰਿਸ ਭੇਜਦੇ ਸੀ ਜਿੱਥੇ ਕਿ ਸਾਡੇ ਇਨਕਲਾਬੀ ਮੈਡਮ ਕਾਮਾ ਅਤੇ ਹੋਰ ਲੋਕ ਜਿਹੜੇ ਸੀ ਰਹਿੰਦੇ ਸੀਗੇ। ਉਹ ਫਿਰ ਪੈਰਿਸ ਤੋਂ ਅੱਗੇ ਗਾਂ ਜਿਹੜੇ ਸੀ ਪਰਚੇ ਤਕਸੀਮ ਹੋਣੇ ਸ਼ੁਰੂ ਹੋ ਗਏ, ਵੱਖ ਵੱਖ ਥਾਵਾਂ ਤੋਂ ਜਾਣੇ ਸ਼ੁਰੂ ਹੋ ਗਏ। ਪਰ ਇਹਦਾ ਵੀ ਪਤਾ ਲੱਗ ਗਿਆ, ਪਤਾ ਲੱਗ ਇਸ ਤਰੀਕੇ ਨਾਲ ਲੱਗਿਆ ਕਿ ਗਿਆਨੀ ਭਗਵਾਨ ਸਿੰਘ ਜਿਹੜੇ ਬਾਅਦ ਵਿੱਚ ਕਨੇਡਾ ਵਿੱਚ ਵੀ ਆਏ ਸੀਗੇ ਅਤੇ ਕਨੇਡਾ ਵਿੱਚੋਂ ਉਹਨਾਂ ਨੂੰ ਫਿਰ ਵਾਪਸ ਡਿਪੋਰਟ ਕੀਤਾ ਗਿਆ ਸੀ। ਇਹ ਜ਼ਿਕਰ ਆਪਾਂ ਪਿੱਛੇ ਜਦੋਂ ਕਨੇਡਾ ਦਾ ਇਤਿਹਾਸ ਸਾਂਝਾ ਕਰ ਰਹੇ ਸਾਂ ਉਦੋਂ ਜ਼ਿਕਰ ਕੀਤਾ ਸੀ। ਬਾਅਦ ਵਿੱਚ ਭਾਈ ਭਗਵਾਨ ਸਿੰਘ ਅਮਰੀਕਾ ਵਿੱਚ ਵੀ ਆਉਂਦੇ ਨੇ ਔਰ ਬਾਬਾ ਭਗਨਾ ਤੋਂ ਬਾਅਦ ਉਹ ਗਦਰ ਪਾਰਟੀ ਦੇ ਪ੍ਰਧਾਨ ਬਣਦੇ ਨੇ। ਉਹ ਭਾਈ ਭਗਵਾਨ ਸਿੰਘ ਜਿਹੜੇ ਸਨ ਉਹਨਾਂ ਦੀ ਡਿਊਟੀ ਲੱਗੀ ਕਿ ਤੁਸੀਂ ਇਹ ਪੇਟੀਆਂ ਗਦਰ ਅਖਬਾਰ ਦੀਆਂ ਤੁਸੀਂ ਪੈਰਿਸ ਲੈ ਕੇ ਜਾਣੀਆਂ ਨੇ। ਉਹ ਜਹਾਜ਼ ਵਿੱਚ ਬੈਠ ਗਏ, ਪੇਟੀਆਂ ਉਹਨਾਂ ਨੇ ਰਖਵਾ ਲਈਆਂ ਅਤੇ ਪਰ ਜਦੋਂ ਹਾਂਗਕਾਂਗ ਆਏ
ਤਾਂ ਸੂ ਮਿਲ ਗਈ। ਸੂ ਪਤਾ ਕਿਵੇਂ ਮਿਲੀ ਕਿ ਇੱਕ ਜਪਾਨੀ ਸੀਗਾ ਜੀ, ਉਹ ਜਪਾਨੀ ਬਰਕਤੁੱਲਾ ਦਾ ਜਿਹੜਾ ਸੀ ਇੱਕ ਤਰੀਕੇ ਨਾਲ ਸੇਵਾਦਾਰ ਅਤੇ ਨੌਕਰ ਬਣ ਕੇ ਰਹਿ ਰਿਹਾ ਸੀ ਅਤੇ ਉਹ ਮੁਸਲਮਾਨ ਬਣ ਗਿਆ ਹੋਇਆ ਸੀ। ਠੀਕ ਹੈ, ਕਿਹਾ ਜਾ ਸਕਦਾ ਦੋਵੇਂ ਤਰੀਕੇ ਨੇ ਵੀ ਹੋ ਸਕਦਾ ਮੌਲਵੀ ਬਰਕਤੁੱਲਾ ਤੋਂ ਪਹਿਲਾਂ ਉਹ ਪ੍ਰਭਾਵਿਤ ਹੋਇਆ ਹੋਵੇ ਅਤੇ ਉਹਨੇ ਇਸਲਾਮ ਨੂੰ ਗ੍ਰਹਿਣ ਕਰ ਲਿਆ ਹੋਵੇ। ਇਹ ਵੀ ਕਿਹਾ ਜਾ ਸਕਦਾ ਕਿ ਮੌਲਵੀ ਬਰਕਤੁੱਲਾ ਦੀਆਂ ਗਤੀਵਿਧੀਆਂ ਨੂੰ ਜਾਣਨ ਦੇ ਵਾਸਤੇ ਕਿਸੇ ਬ੍ਰਿਟਿਸ਼ ਏਜੰਟ ਨੇ ਉਹਨੂੰ ਜਿਹੜਾ ਸੀਗਾ ਉਹ ਮੁਸਲਮਾਨ ਬਣਵਾਇਆ ਹੋਵੇ। ਤਾਂ ਖੈਰ ਉਸ ਮੁਸਲਮਾਨ ਬਣੇ ਹੋਏ ਜਪਾਨੀ ਨੇ ਇਹ ਸੂਹ ਦੇ ਦਿੱਤੀ ਕਿ ਭਗਵਾਨ ਸਿੰਘ ਜਿਹੜਾ ਆ ਇਹ ਇਸ ਤਰੀਕੇ ਦੇ ਨਾਲ ਗਦਰ ਅਖਬਾਰ ਦੀਆਂ ਪੇਟੀਆਂ ਜਿਹੜੀਆਂ ਇਹ ਪੈਰਿਸ ਲੈ ਕੇ ਜਾ ਰਿਹਾ। ਤਾਂ ਹਾਂਗਕਾਂਗ ਵਿੱਚ ਜਦੋਂ ਪੁਲਿਸ ਜਿਹੜੀ ਆ ਉਹ ਛਾਪਾ ਮਾਰਨ ਵਾਸਤੇ ਆਈ, ਭਗਵਾਨ ਸਿੰਘ ਬਹੁਤ ਚੁਸਤ ਅਤੇ ਸਿਆਣਾ ਆਦਮੀ ਸੀਗਾ, ਉਹਨੂੰ ਪਤਾ ਲੱਗ ਗਿਆ ਵੀ ਇਹ ਸਾਰਾ ਕੁਛ ਇਹ ਹੋਣ ਲੱਗਾ। ਉਹਨੇ ਚੁੱਪਕੇ ਜੇ ਦੂਜੇ ਪਾਸੇ ਦੀ ਲਾਗੇ ਜਿਹੜੀ ਬੇੜੀ ਸੀ ਜਹਾਜ਼ ਦੇ ਨਾਲ ਲੱਗੀ ਹੋਈ ਉਸ ਬੇੜੀ ਵਿੱਚ ਉਤਰ ਕੇ ਆਪਣਾ ਤਾਂ ਉਹਨੇ ਬਚਾਅ ਕਰ ਲਿਆ, ਪਰ ਪਰਚੇ ਜਿਹੜੇ ਸੀ ਉਹ ਕਾਬੂ ਆ ਗਏ। ਅਤੇ ਇਸ ਤਰੀਕੇ ਦੇ ਨਾਲ ਇਹ ਵਿਧੀ ਵਿਧਾਨ ਵੀ ਜਿਹੜਾ ਸੀਗਾ ਉਹਨਾਂ ਦਾ ਸਾਡੇ ਦੇਸ਼ ਭਗਤਾਂ ਦਾ ਇਹ ਵੀ ਅੱਗੇ ਤੋਂ ਬੰਦ ਹੋ ਗਿਆ। ਇਸ ਤੋਂ ਬਾਅਦ ਉਹਨਾਂ ਨੇ ਜਿਹੜਾ ਵਾ ਉਹ ਰੂਸ ਜਿਹੜਾ ਸੀ, ਭਾਵੇਂ ਉਹਨਾਂ ਦਾ ਜਿਹੜਾ ਸੀ ਕਿ ਨਹੀਂ ਸਾਥੀ ਸੀਗਾ ਅੰਗਰੇਜ਼ਾਂ ਦਾ ਪਹਿਲੀ ਜੰਗ ਦੇ ਵਿੱਚ ਅੱਗੇ ਜਾ ਕੇ, ਅਤੇ ਪਰ ਫਿਰ ਵੀ ਰੂਸ ਦੇ ਜਿਹੜੇ ਇਨਕਲਾਬੀ ਸੀ ਉਹਨਾਂ ਦੀ ਸਹਾਇਤਾ ਦੇ ਨਾਲ ਉਹ ਪਰਚੇ ਜਿਹੜੇ ਸੀ ਉਹ ਪਹਿਲਾਂ ਈਰਾਨ, ਈਰਾਨ ਤੋਂ ਬਲੋਚਿਸਤਾਨ, ਬਲੋਚਿਸਤਾਨ ਦੇ ਰਾਹੀਂ ਇੰਡੀਆ ਵਾਲੇ ਪਾਸੇ ਜਿਹੜੀ ਸੀ ਉਹ ਭੇਜਦੇ ਰਹੇ। ਜਿਹੜੀਆਂ ਪੋਲੀਟੀਕਲ ਡਾਇਰੀਆਂ ਜਿਹੜੀ ਰਿਪੋਰਟਸ ਬਾਅਦ ਵਿੱਚ ਦੱਸਦੀਆਂ ਨੇ ਕਿ ਅਨੇਕਾਂ ਮੁਲਕਾਂ ਦੇ ਵਿੱਚ ਜਿਹੜਾ ਸੀ ਕਿ ਨਹੀਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇਸ਼ ਭਗਤ ਜਿਹੜੇ ਸੀ ਉਹ ਪਰਚਾ ਪਹੁੰਚਾਉਂਦੇ ਰਹੇ। ਡਾਕਟਰ ਸਾਹਿਬ, ਇੱਥੇ ਮੈਂ ਪੁੱਛਣਾ ਚਾਹਾਂਗਾ ਕਿ ਪਰਚਾ ਜਿਹੜਾ ਸੀਗਾ ਇਹ ਮਹੀਨੇਵਾਰ ਸੀ ਕਿ ਜਾਂ ਤ੍ਰੈਮਾਸਿਕ ਸੀ? ਨਹੀਂ, ਇਹ ਹਫ਼ਤਾਵਾਰੀ ਪਰਚਾ ਸੀਗਾ। ਠੀਕ ਹੈ, ਹਫ਼ਤੇ ਬਾਅਦ ਛਪਦਾ ਸੀਗਾ। ਅਤੇ ਤੁਸੀਂ ਇੱਥੋਂ ਆਪ ਇੱਕ ਅਨੁਮਾਨ ਲਾ ਸਕਦੇ ਹੋ, ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਪਰਚੇ ਨੂੰ ਛਾਪਣਾ, ਇੰਨੀ ਵੱਡੀ ਗਿਣਤੀ ਵਿੱਚ ਛਾਪਣਾ, ਛਾਪ ਕੇ ਅਤੇ ਉਹਨੂੰ ਪਹੁੰਚਾਉਣ ਦੀ ਇੰਨੀ ਵੱਡੀ ਜੱਦੋ ਜਹਿਦ ਅਤੇ ਮੁਸ਼ਕਤ ਵਿੱਚੋਂ ਗੁਜ਼ਰਨਾ, ਅਤੇ ਇਹਦੇ ਉੱਤੇ ਕਿੰਨਾ ਪੈਸਾ ਖਰਚ ਹੁੰਦਾ ਹੋਵੇਗਾ, ਕਿੰਨੀ ਲੇਬਰ ਖਰਚ ਹੁੰਦੀ ਹੋਵੇਗੀ, ਕਿੰਨੀ ਟੈਨਸ਼ਨ ਅਤੇ ਤਣਾਅ ਉਹਨਾਂ ਨੂੰ ਹੁੰਦਾ ਹੋਵੇਗਾ, ਇੱਕ ਫੇਲ ਹੋ ਗਿਆ ਕੰਮ ਅਤੇ ਦੂਜਾ ਕਿਵੇਂ ਆ। ਪਰ ਉਹ ਇੰਨੇ ਸਿਰੜੀ ਲੋਕ ਸਨ ਕਿ ਉਹਨਾਂ ਨੇ ਆਪਣੀ ਲੜਾਈ ਜਿਹੜੀ ਸੀ ਉਹ ਨਿਰੰਤਰ ਜਾਰੀ ਰੱਖੀ। ਔਰ ਇਹ ਗਦਰ ਅਖਬਾਰ ਦਾ ਹੀ ਕਹਾਂਗੇ ਇੱਕ ਪਰਤਾਉ ਸੀਗਾ ਕਿ ਜਿਹੜੇ ਲੋਕ ਵੱਖ ਵੱਖ ਬਸਤੀਆਂ ਵਿੱਚ ਸਾਡੇ ਰਹਿੰਦੇ ਸੀਗੇ ਉਹ ਗਦਰ ਅਖਬਾਰ ਨੂੰ ਪੜ੍ਹ ਕੇ ਹੀ, ਉਹਦੀਆਂ ਲਿਖਤਾਂ ਪੜ੍ਹ ਕੇ ਉਹਨਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਜਿਹੜੀ ਆਜ਼ਾਦੀ ਦੀ ਜਵਾਲਾ ਸੀਗੀ ਉਹ ਬਲੀ, ਔਰ ਗੁਲਾਮੀ ਦੇ ਖਿਲਾਫ ਨਫ਼ਰਤ ਦਾ ਜਜ਼ਬਾ ਜਿਹੜਾ ਸੀ ਉਹ ਪ੍ਰਚੰਡ ਹੋਇਆ। ਔਰ ਜਦੋਂ ਗਦਰੀ ਗਦਰ ਕਰਨ ਦੇ ਵਾਸਤੇ ਦੇਸ਼ ਨੂੰ ਗਏ ਨੇ ਤਾਂ ਇਹ ਗਦਰ ਅਖਬਾਰ ਦਾ ਹੀ, ਕਿਉਂਕਿ ਆਪ ਤਾਂ ਇਕੱਲਾ ਇਕੱਲਾ ਬੰਦਾ ਜਾ ਕੇ ਪ੍ਰਚਾਰ ਨਹੀਂ ਸੀ ਕਰ ਸਕਦਾ, ਇਹ ਗਦਰ ਅਖਬਾਰ ਹੀ ਸੀਗੀ ਜਿਹੜਾ ਕਿ ਸਾਰੇ ਮੁਲਕਾਂ ਦੇ ਵਿੱਚ ਗਦਰ ਦਾ ਸੁਨੇਹਾ ਲੈ ਕੇ ਗਿਆ। ਔਰ ਉਹਨੇ ਲੋਕਾਂ ਨੂੰ ਚੇਤੰਨ ਕੀਤਾ, ਦੇਸ਼ ਦੀ ਆਜ਼ਾਦੀ ਵਾਸਤੇ ਪ੍ਰੇਰਿਤ ਅਤੇ ਪ੍ਰਭਾਵਿਤ ਕੀਤਾ, ਔਰ ਉਹਨਾਂ ਦੇ ਮਨਾਂ ਵਿੱਚ ਜਾਗ ਲਾਈ, ਲਾਗ ਲਾਈ, ਔਰ ਉਹ ਆਪਣੇ ਸਿਰਾਂ ਉੱਤੇ ਖੱਫਣ ਬੰਨ ਕੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਉਹ ਤੁਰ ਪਏ ਸਨ। ਇਹ ਗਦਰ ਅਖਬਾਰ ਦੀ ਜਿਹੜੀ ਦੇਣ ਸੀਗੀ ਇਹ ਬਹੁਤ ਵੱਡੀ ਦੇਣ ਕਹੀ ਜਾ ਸਕਦੀ। ਇਸ ਤੋਂ ਇਲਾਵਾ ਗਦਰ ਅਖਬਾਰ ਦੇ ਨਾਲ ਨਾਲ ਹੀ ਉਹਨਾਂ ਨੇ ਜਿਵੇਂ ਜਿਹੜੀਆਂ ਕਵਿਤਾਵਾਂ ਇਹਦੇ ਵਿੱਚ ਛਪਦੀਆਂ ਸੀਗੀਆਂ ਗਦਰ ਦੀਆਂ ਗੂੰਜਾਂ ਦੇ ਨਾਂ ਦੇ ਉੱਤੇ, ਉਹ ਕਵਿਤਾਵਾਂ ਵੀ ਜਿਹੜੀਆਂ ਸੀ ਉਹਦੀਆਂ 7 ਜਿਲਦਾਂ ਛਪੀਆਂ, ਔਰ ਉਹ ਗਦਰ ਦੀਆਂ ਗੂੰਜਾਂ ਵੀ ਵੱਖ ਵੱਖ ਥਾਵਾਂ ਉੱਤੇ ਲੋਕ ਜਿਹੜੇ ਸੀ ਉਹ ਦੀਵਾਨਾਂ ਵਿੱਚ ਪੜ੍ਹ ਕੇ ਸੁਣਾਇਆ ਕਰਦੇ ਸੀ, ਔਰ ਲੋਕ ਉਹਨਾਂ ਕਵਿਤਾਵਾਂ ਨੂੰ ਸੁਣ ਕੇ ਜਿਹਨਾਂ ਵਿੱਚ ਫਲਸਫਾ ਵੀ ਸੀਗੀ, ਜਿਹਨਾਂ ਵਿੱਚ ਜੋਸ਼ ਵੀ ਸੀ, ਜਿਹਨਾਂ ਵਿੱਚ ਹੋਸ਼ ਵੀ ਸੀ, ਉਹ ਉਹ ਤੋਂ ਪ੍ਰੇਰਿਤ ਅਤੇ ਪ੍ਰਭਾਵਿਤ ਹੁੰਦੇ ਸੀ। ਡਾਕਟਰ ਸਾਹਿਬ, ਆਪਾਂ ਇਸ ਗਦਰ ਦਾ ਸਾਰਾ ਇਤਿਹਾਸ ਅੱਗੇ ਵਿਸਥਾਰ ਸਹਿਤ ਆਪਾਂ ਆਪਣੇ ਦਰਸ਼ਕਾਂ ਨੂੰ ਦੱਸਾਂਗੇ, ਲੇਕਿਨ ਅੱਜ ਦਾ ਸਮਾਂ ਜੀ ਇੱਥੇ ਸਮਾਪਤ ਹੈ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਸ਼ੁਕਰੀਆ। ਉਮੀਦ ਕਰਦਾ ਕਿ ਤੁਹਾਨੂੰ ਗਦਰ ਪਾਰਟੀ ਦਾ ਇਹ ਸਾਰਾ ਇਤਿਹਾਸ, ਇਹ ਸਾਰੀ ਦੇਸ਼ ਭਗਤੀ ਦਾ ਜਿਹੜਾ ਜਜ਼ਬਾ ਸੀ ਸਾਡੇ ਗਦਰੀ ਬਾਬਿਆਂ ਦਾ, ਉਹ ਪਸੰਦ ਆ ਰਿਹਾ ਹੋਵੇਗਾ। ਸੋ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਵਿਸਥਾਰ ਦੇ ਨਾਲ ਗਦਰ ਪਾਰਟੀ ਦੇ ਕੀਤੇ ਕੰਮਾਂ ਬਾਰੇ ਜਾਣਕਾਰੀ ਦੇਣਗੇ ਡਾਕਟਰ ਸੰਧੂ ਹੁਣੀ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ, ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮਿਲਾਂਗੇ। ਸਤਿ ਸ੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।